ਬਠਿੰਡਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਤਿੰਨ ਕੈਦੀਆਂ ਵਿਚਕਾਰ ਝੜਪ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਦੋ ਕੈਦੀ ਗੈਂਗਸਟਰ ਵਿੱਕੀ ਗੌਂਡਰ ਗਰੁੱਪ ਦੇ ਸੀ ਅਤੇ ਇੱਕ ਕੈਦੀ ਰਾਹੁਲ ਸੂਦ ਨਾਂ ਦਾ ਜੋ ਕਿ ਕਤਲ ਮਾਮਲੇ ਦੇ ਵਿੱਚ ਕੈਦੀ ਸੀ, ਉਹਨਾਂ ਦੇ ਵਿਚਕਾਰ ਝੜਪ ਹੋਈ ਹੈ। ਇਸ ਵੇਲੇ ਅਸੀਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਹੈ, ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਕਿਉਂਕਿ ਝੜਪ ਤੋਂ ਬਾਅਦ ਦੋ ਕੈਦੀਆਂ ਦੇ ਸੱਟਾਂ ਵੱਜੀਆਂ ਸੀ, ਇੱਕ ਵਿੱਕੀ ਗੌਂਡਰ ਗਰੁੱਪ ਦੇ ਕੈਦੀ ਦੇ ਅਤੇ ਦੂਸਰੇ ਰਾਹੁਲ ਸੂਦ ਦੇ। ਰਾਹੁਲ ਸੂਦ ਨੂੰ ਇਸ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਆਂਦਾ ਗਿਆ ਸੀ, ਉਸ ਤੋਂ ਬਾਅਦ ਦੁਬਾਰਾ ਜੇਲ੍ਹ ਦੇ ਵਿੱਚ ਲੈ ਕੇ ਗਏ। ਤੁਹਾਨੂੰ ਦੱਸ ਦਈਏ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਸੀ ਕਿ ਇੱਕ ਬੈਰਕ ਦੇ ਵਿੱਚ ਸਿਰਫ ਦੋ ਕੈਦੀਆਂ ਨੂੰ ਹੀ ਰੱਖਿਆ ਜਾਣਾ ਹੈ ਅਤੇ ਉਸ ਬੈਰਕ ਦੇ ਵਿੱਚ ਤਿੰਨ ਕੈਦੀ ਸੀ ਅਤੇ ਨਾਲ ਹੀ ਇੱਕ LCD ਵੀ ਲੱਗੀ ਹੋਈ ਸੀ, ਜਿਸ ਕਰਕੇ ਕਿਸੇ ਵੀ ਕੈਦੀ ਨੂੰ ਉਸ ਬੈਰਕ ਤੋਂ ਸ਼ਿਫਟ ਹੋਣਾ ਨਾਮਨਜ਼ੂਰ ਸੀ, ਜਿਸ ਕਾਰਨ ਇਹ ਝੜਪ ਹੋਈ ਹੈ। ਅਤੇ ਹੁਣ ਜਿਹੜਾ ਜਾਣਕਾਰੀ ਆ ਰਹੀ ਹੈ ਕਿ ਰਾਹੁਲ ਸੂਦ ਨੂੰ ਬਠਿੰਡਾ ਦੇ ਸਿਵਲ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਆਂਦਾ ਗਿਆ ਸੀ ਅਤੇ ਦੂਸਰੇ ਕੈਦੀ ਨੂੰ ਜੇਲ੍ਹ ਦੇ ਹਸਪਤਾਲ ਦੇ ਵਿੱਚ ਹੀ ਇਲਾਜ ਕਰਵਾਇਆ ਗਿਆ ਸੀ। ਕੈਮਰਾਮੈਨ ਹੈਪੀ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ TV, ਬਠਿੰਡਾ।